ਸਤਿਕਾਰ ਸਾਂਝਾ ਟੀਵੀ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਅਰਸ਼ਦੀਪ ਲਾ ਕੇ ਹਾਜ਼ਰ। ਅੱਜ ਦੀਆਂ ਮੁੱਖ ਖਬਰਾਂ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਤੋਂ। ਕੈਨੇਡੀਅਨ ਧਰਤੀ ਤੇ ਪੈਰ ਰੱਖਣ ਵਾਲੇ ਹਰ ਸ਼ਖਸ ਨੂੰ ਦੇਣੀ ਪਵੇਗੀ ਅਹਿਮ ਜਾਣਕਾਰੀ, ਪਰ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਵਿਭਾਗ ਨੇ ਅਮਰੀਕੀ ਨਾਗਰਿਕਾਂ ਨੂੰ ਬਾਇਓਮੈਟ੍ਰਿਕ ਘੇਰੇ ਤੋਂ ਰੱਖਿਆ ਬਾਹਰ। ਟਰੰਪ ਦੇ ਚੋਟੀ ਦੇ ਗ੍ਰਹਿ ਸੁਰੱਖਿਆ ਸਲਾਹਕਾਰ ਨੇ ਦਿੱਤਾ ਅਸਤੀਫਾ। ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ, 6 ਲੋਕ ਹਲਾਕ। ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ਉੱਤੇ ਪਹੁੰਚਣੇ ਸ਼ੁਰੂ ਹੋ ਗਏ ਨੇ ਨੈਸ਼ਨਲ ਗਾਰਡ ਮੈਂਬਰਸ। ਟਰੰਪ, ਓਬਾਮਾ ਤੇ ਥੈਰੇਸਾ ਮੇ ਨੂੰ ਨਹੀਂ ਮਿਲਿਆ ਸ਼ਾਹੀ ਵਿਆਹ ਵਿੱਚ ਸੱਦਾ। ਸੀਰੀਆ ਨੂੰ ਲੈ ਕੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਵਿੱਚ ਭਿੜੇ ਰੂਸ ਤੇ ਅਮਰੀਕਾ। ਤੇ ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਤੋਂ ਆਈ ਬੁਰੀ ਖਬਰ, ਸੜਕ ਹਾਦਸੇ ਵਿੱਚ ਖਿਡਾਰਨ ਦੀ ਮੌਤ। ਤੇ ਹੁਣ ਰੁੱਖ ਕਰਦੇ ਹਾਂ ਮੁੱਖ ਖਬਰਾਂ ਵੱਲ। ਟਰਾਂਸ ਮਾਊਂਟੇਨ ਪਾਈਪਲਾਈਨ ਦੇ ਪਸਾਰ ਦੇ ਮੁੱਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਕਿ ਇਹ ਪਾਈਪਲਾਈਨ ਬਣ ਕੇ ਰਹੇਗੀ ਤੇ ਇਹ ਵਿਵਾਦਗ੍ਰਸਤ ਪ੍ਰੋਜੈਕਟ ਨੂੰ ਹਕੀਕਤ ਬਣਦਾ ਵੇਖਣ ਲਈ ਆਟਵਾਂ ਵੱਲੋਂ ਹੋਰ ਵੀ ਬਦਲ ਵਿਚਾਰੇ ਜਾ ਰਹੇ ਨੇ। ਇਸ ਤਰ੍ਹਾਂ ਦੇ ਬਦਲਾਂ ਵਿੱਚ ਸਿੱਧਾ ਨਿਵੇਸ਼ ਜਾਂ ਕਿਸੇ ਕਿਸਮ ਦੀ ਵਿੱਤੀ ਮਦਦ ਹੋ ਸਕਦੀ ਹੈ। ਤੇ ਸੋਮਵਾਰ ਨੂੰ ਮੌਂਟਰੀਅਲ ਵਿੱਚ ਪ੍ਰਧਾਨ ਮੰਤਰੀ ਨੇ ਆਖਿਆ ਕਿ ਅਸੀਂ ਇਸ ਪਾਈਪਲਾਈਨ ਦਾ ਨਿਰਮਾਣ ਕਰਨ ਲਈ ਵਚਨਬੱਧ ਹਾਂ। ਇਹ ਕੌਮੀ ਹਿੱਤ ਵਿੱਚ ਹੈ ਤੇ ਇਸ ਨਾਲ ਪਾਈਪਲਾਈਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਲਈ ਫੈਡਰਲ ਦਖਲਅੰਦਾਜ਼ੀ ਲਈ ਆਧਾਰ ਤਿਆਰ ਹੋ ਗਿਆ। ਨਾ ਤਾਂ ਟਰੂਡੋ ਤੇ ਨਾ ਹੀ ਕੁਦਰਤੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਜਿਮ ਕਾਰ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਕਿ ਅਲਬਰਟਾ ਸਰਕਾਰ ਤੇ ਕਿੰਡਨ ਮੋਰਗਨ ਵੱਲੋਂ ਫੈਡਰਲ ਸਰਕਾਰ ਉੱਤੇ ਪਾਈਪਲਾਈਨ ਦੇ ਨਿਰਮਾਣ ਲਈ ਦਬਾਅ ਪਾਇਆ ਜਾ ਰਿਹਾ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਕਿੰਡਨ ਮੋਰਗਨ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਸਿਆਸੀ ਰਿਸਕ ਕਾਰਨ ਉਹਨਾਂ ਵੱਲੋਂ ਪਾਈਪਲਾਈਨ ਉੱਤੇ ਗੈਰ ਲੋੜੀਂਦਾ ਖਰਚ ਮੁਲਤਵੀ ਕੀਤਾ ਜਾ ਰਿਹਾ, ਪਰ ਇਹ 31 ਮਈ ਤੱਕ ਚਾਹੁੰਦੇ ਨੇ ਕਿ ਉਹਨਾਂ ਦੇ ਨਿਵੇਸ਼ਕਾਂ ਨੂੰ ਇਹ ਪਤਾ ਲੱਗ ਜਾਵੇ ਕਿ ਇਹ ਪ੍ਰੋਜੈਕਟ ਅੱਗੇ ਵੱਧ ਸਕਦਾ। ਤੇ ਹੁਣ ਉੱਧਰ ਕੰਜ਼ਰਵੇਟਿਵਸ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੱਥੋਂ ਟਰਾਂਸ ਮਾਊਂਟੇਨ ਪਾਈਪਲਾਈਨ ਬਚਾਉਣ ਦਾ ਮੌਕਾ ਖੁੰਝ ਗਿਆ। ਉਹਨਾਂ ਇਹ ਵੀ ਕਿਹਾ ਕਿ ਇਹ ਇਸ ਲਈ ਹੋਇਆ ਕਿਉਂਕਿ ਉਹ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਮੋਰਗਨ ਨਾਲ ਮੁਲਾਕਾਤ ਕਰਨ ਤੋਂ ਅਸਫਲ ਰਹੇ ਨੇ। ਪਿਛਲੇ ਵੀਰਵਾਰ ਪੀਸੀ ਦੇ ਦੌਰੇ ਦੌਰਾਨ ਟਰੂਡੋ ਥੋੜ੍ਹੀ ਦੇਰ ਲਈ ਕੈਨੇਡੀਅਨ ਕੋਸਟ ਗਾਰਡ ਆਫਿਸ ਵਿੱਚ ਵੀ ਰੁਕੇ ਸਨ, ਜਿੱਥੇ ਉਹਨਾਂ ਦੇ ਵਾਤਾਵਰਨ ਦੀ ਹਿਫਾਜ਼ਤ ਅਤੇ ਕੁਦਰਤੀ ਵਸੀਲਿਆਂ ਦੇ ਵਿਕਾਸ ਦਰਮਿਆਨ ਸੰਤੁਲਨ ਬਿਠਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਸੀ। ਅਤੇ ਪਾਈਪਲਾਈਨ ਦਾ ਵਿਰੋਧ ਕਰਨ ਵਾਲਿਆਂ ਨੇ ਇਹ ਸਭ ਦੇਖਿਆ ਅਤੇ ਸੁਣਿਆ। ਹਾਲਾਂਕਿ ਇਸ ਇਵੈਂਟ ਬੀਸੀ ਦੇ ਵਿਧਾਨ ਸਭਾ ਤੋਂ 1 ਕਿਲੋਮੀਟਰ ਦੀ ਦੂਰੀ ਉੱਤੇ ਸੀ, ਪਰ ਹੋਰਗਨ ਨਾਲ ਟਰੂਡੋ ਨੇ ਕੋਈ ਮੁਲਾਕਾਤ ਕਰਨ ਦਾ ਉਚੇਚਾ ਪ੍ਰਬੰਧ ਨਹੀਂ ਸੀ ਕੀਤਾ। ਅਤੇ ਕੰਜ਼ਰਵੇਟਿਵ MP ਕ੍ਰਿਸ ਵਾਕ ਕੈਂਟਿਨ ਦਾ ਕਹਿਣਾ ਹੈ ਕਿ ਇਹ ਤਾਂ ਪ੍ਰਧਾਨ ਮੰਤਰੀ ਲਈ ਤਰਜੀਹੀ ਕੰਮ ਹੋਣਾ ਚਾਹੀਦਾ ਸੀ। ਅਤੇ ਵਾਕ ਕੈਂਟਿਨ ਨੇ ਕਿਹਾ ਕਿ ਟਰੂਡੋ ਜੇ ਸੱਚਮੁੱਚ ਹੀ ਟਰਾਂਸ ਮਾਊਂਟੇਨ ਪਾਈਪਲਾਈਨ ਦਾ ਨਿਰਮਾਣ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਹੋਰਗਨ ਨਾਲ ਤੁਰੰਤ ਮੀਟਿੰਗ ਕਰਨ ਦੀ ਮੰਗ ਕਰਨੀ ਚਾਹੀਦੀ ਸੀ। ਅਤੇ ਪਿਛਲੀਆਂ ਗਰਮੀਆਂ ਵਿੱਚ ਵੀ ਟਰੂਡੋ ਨੇ ਉਦੋਂ ਨੁਕਤਾਚੀਨੀ ਹੋਈ ਸੀ ਜਦੋਂ BC ਦੇ ਪ੍ਰੀਮੀਅਰ ਦੀਆਂ ਜੂਨ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਉਹਨਾਂ ਹੋਰਗਨ ਨਾਲ ਪ੍ਰਸਤਾਵਿਤ ਮੀਟਿੰਗ ਵਿੱਚ ਪਾਈਪਲਾਈਨ ਉੱਤੇ ਧਿਆਨ ਕੇਂਦਰਿਤ ਨਹੀਂ ਸੀ ਕੀਤਾ ਗਿਆ। ਅਤੇ ਉਸ ਸਮੇਂ ਹੋਰਗਨ ਨੇ ਪਾਈਪਲਾਈਨ ਦੇ ਨਿਰਮਾਣ ਨੂੰ ਰੋਕਣ ਲਈ ਸਾਰੇ ਸੰਭਵ ਹੀਲੇ ਵਰਤਣ ਦਾ ਤਹੱਈਆ ਪ੍ਰਗਟਾਇਆ ਸੀ। ਅਤੇ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਹਰ ਵਿਅਕਤੀ ਨੂੰ ਬਾਇਓਮੈਟ੍ਰਿਕ ਸ਼ਨਾਖਤ ਲਈ ਉਂਗਲਾਂ ਦੇ ਨਿਸ਼ਾਨ ਅਤੇ ਚਿਹਰੇ ਦੀਆਂ ਡਿਜੀਟਲ ਤਸਵੀਰਾਂ ਦੇਣੀਆਂ ਹੋਣਗੀਆਂ। ਜੀ ਹਾਂ, 151 ਮੁਲਕਾਂ ਨਾਲ ਸੰਬੰਧਿਤ ਸੈਲਾਨੀਆਂ, ਵਿਦਿਆਰਥੀਆਂ, ਪ੍ਰਵਾਸੀ ਕਾਮਿਆਂ ਜਾਂ PR ਲਈ ਅਰਜ਼ੀ ਦਾਇਰ ਕਰਨ ਵਾਲਿਆਂ ਦੀ ਬਾਇਓਮੈਟ੍ਰਿਕ ਵੇਰਵੇ ਲਈ ਜਾਣਗੇ ਅਤੇ ਸੰਬੰਧਿਤ ਵਿਅਕਤੀ ਦੇ ਕੈਨੇਡਾ ਪੁੱਜਣ 'ਤੇ ਇਹਨਾਂ ਦਾ ਮਿਲਾਨ ਕੀਤਾ ਜਾਵੇਗਾ। ਬਾਇਓਮੈਟ੍ਰਿਕ ਵੇਰਵੇ ਇਕੱਤਰ ਕਰਨ ਲਈ ਦੁਨੀਆਂ ਦੇ 192 ਵੀਜ਼ਾ ਅਰਜ਼ੀ ਕੇਂਦਰਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਹੁਣ ਤੱਕ ਸਿਰਫ 30 ਮੁਲਕਾਂ ਤੋਂ ਆਉਣ ਵਾਲੇ ਸੈਲਾਨੀਆਂ, ਕੌਮਾਂਤਰੀ ਵਿਦਿਆਰਥੀਆਂ, ਪ੍ਰਵਾਸੀ ਕਾਮਿਆਂ ਦੇ ਬਾਇਓਮੈਟ੍ਰਿਕ ਵੇਰਵੇ ਇਕੱਤਰ ਕੀਤੇ ਜਾਂਦੇ ਸਨ। ਇਸ ਤੋਂ ਇਲਾਵਾ ਕੈਨੇਡਾ ਵਿੱਚ ਸ਼ਰਨ ਮੰਗਣ ਵਾਲਿਆਂ ਅਤੇ ਆਪਣੇ ਮੁਲਕ ਵਿੱਚੋਂ ਕੱਢੇ ਗਏ ਲੋਕਾਂ ਨੂੰ ਬਾਇਓਮੈਟ੍ਰਿਕ ਵੇਰਵੇ ਦੇਣੇ ਪੈਂਦੇ ਸਨ। ਕੈਨੇਡਾ ਦੀ PR ਲਈ ਅਰਜ਼ੀ ਦਾਖਲ ਕਰਨ ਵਾਲਿਆਂ 'ਤੇ ਵੀ ਨਵਾਂ ਨਿਯਮ ਲਾਗੂ ਹੋਵੇਗਾ, ਪਰ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਅਮਰੀਕੀ ਨਾਗਰਿਕਾਂ ਨੂੰ ਬਾਇਓਮੈਟ੍ਰਿਕ ਘੇਰੇ ਤੋਂ ਬਾਹਰ ਰੱਖਿਆ ਗਿਆ। ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਬਾਇਓਮੈਟ੍ਰਿਕ ਪ੍ਰੋਗਰਾਮ ਦਾ ਘੇਰਾ ਵਧਾਉਣ ਨਾਲ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵਧੇਰੇ ਅਸਰਦਾਰ ਬਣਾਇਆ ਜਾ ਸਕੇਗਾ। ਦੂਜੇ ਪਾਸੇ ਲੋਕ ਸੁਰੱਖਿਆ ਮੰਤਰੀ ਰਾਲਫ ਗੁਡੇਲ ਨੇ ਕਿਹਾ ਕਿ ਬਾਇਓਮੈਟ੍ਰਿਕ ਸਕਰੀਨਿੰਗ ਰਾਹੀਂ ਕੈਨੇਡੀਅਨ ਵਧੇਰੇ ਸੁਰੱਖਿਅਤ ਰਹਿਣਗੇ। ਉਹਨਾਂ ਕਿਹਾ ਕਿ ਇਸ ਸਿਸਟਮ ਨਾਲ ਦੋਸ਼ੀਆਂ ਦੀ ਪਹਿਚਾਣ ਕਰਨ ਵਿੱਚ ਮੁਸ਼ਕਿਲ ਨਹੀਂ ਆਵੇਗੀ ਅਤੇ ਧੋਖਾਧੜੀਆਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇਗਾ। ਉੱਥੇ ਹੀ ਆਲੋਚਕਾਂ ਨੇ ਇਹ ਦਲੀਲ ਦਿੱਤੀ ਹੈ ਕਿ ਬਾਇਓਮੈਟ੍ਰਿਕ ਤਸਦੀਕ ਕਰਨ ਵਿੱਚ ਸਮਾਂ ਲੱਗੇਗਾ ਅਤੇ ਯਾਤਰੀਆਂ ਨੂੰ ਹਵਾਈ ਅੱਡਿਆਂ 'ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਨਾਲ ਲੋਕਾਂ ਦੀ ਨਿੱਜੀ ਜਾਣਕਾਰੀ ਜਨਤਕ ਹੋਣ ਦਾ ਡਰ ਵੀ ਬਣਿਆ ਰਹੇਗਾ।
ਤੇ ਬਾਇਓਮੈਟ੍ਰਿਕ ਪ੍ਰਣਾਲੀ ਨੂੰ ਪ੍ਰਾਪਤ ਉਂਗਲਾਂ ਦੇ ਨਿਸ਼ਾਨ ਨੂੰ ਰਾਇਲ ਕੈਨੇਡੀਅਨ ਮਾਊਂਟ ਪੁਲਿਸ ਨੇ ਡਾਟਾਬੇਸ ਵਿੱਚ ਦਰਜ ਨਿਸ਼ਾਨ ਨਾਲ ਮਿਲਾਇਆ ਜਾਂਦਾ ਤੇ ਇਸ ਤਰੀਕੇ ਨਾਲ ਸਪਸ਼ਟ ਹੋ ਜਾਂਦਾ ਕਿ ਸੰਬੰਧਿਤ ਵਿਅਕਤੀ ਦਾ ਕੋਈ ਅਪਰਾਧਿਕ ਰਿਕਾਰਡ ਤਾਂ ਨਹੀਂ, ਉਸ ਨੂੰ ਅਤੀਤ ਵਿੱਚ ਕੈਨੇਡਾ ਤੋਂ ਡਿਪੋਰਟ ਤਾਂ ਨਹੀਂ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਨਵੇਂ ਨਿਯਮ ਉਹਨਾਂ ਮੁਲਕਾਂ ਦੇ ਨਾਗਰਿਕਾਂ 'ਤੇ ਵੀ ਲਾਗੂ ਹੋਣਗੇ ਜਿਨ੍ਹਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ। ਤੇ ਹੁਣ ਟਰੰਪ ਪ੍ਰਸ਼ਾਸਨ ਦੇ ਚੋਟੀ ਦੇ ਗ੍ਰਹਿ ਸੁਰੱਖਿਆ ਸਲਾਹਕਾਰ ਟੌਮ ਬੋਸਟਨ ਨੇ ਅੱਜ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ। ਉਹ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਸੰਦੀਦਾ ਮੰਨੇ ਜਾਂਦੇ ਨੇ ਤੇ ਬੋਸਟਨ ਨੇ ਅਸਤੀਫੇ ਉੱਤੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਰਾਸ਼ਟਰਪਤੀ ਸਾਡੇ ਮਹਾਨ ਦੇਸ਼ ਦੀ ਸੁਰੱਖਿਆ ਦੇ ਪ੍ਰਤੀ ਬੋਸਟਨ ਦੀ ਵਚਨਬੱਧਤਾ ਲਈ ਉਹਨਾਂ ਦੇ ਰਿਣੀ ਹਨ ਤੇ ਜੌਨ ਬੋਲਟਨ ਵੱਲੋਂ ਟਰੰਪ ਦੇ ਚੌਥੇ ਰਾਸ਼ਟਰਪਤੀ ਸੁਰੱਖਿਆਕਾਰ ਦੇ ਤੌਰ ਉੱਤੇ ਚਾਰਜ ਗ੍ਰਹਿਣ ਕਰਨ ਦਾ ਇੱਕ ਦਿਨ ਦੇ ਬਾਅਦ ਬੋਸਟਨ ਨੇ ਅਸਤੀਫੇ ਦਾ ਐਲਾਨ ਕਰ ਦਿੱਤਾ। ਫੀਨਿਕਸ ਦੀ ਪੁਲਿਸ ਨੇ ਮੰਗਲਵਾਰ ਸਵੇਰੇ ਕਿਹਾ ਕਿ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਉਸ ਵਿੱਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਹੈ ਤੇ ਇਸ ਜਹਾਜ਼ ਉਡਾਨ ਭਰਨ ਤੋਂ ਕੁਝ ਹੀ ਦੇਰ ਬਾਅਦ ਨੇੜੇ ਦੇ ਇੱਕ ਗੋਲਫ ਕੋਰਸ ਦੇ ਵਿੱਚ ਕਰੈਸ਼ ਹੋ ਗਿਆ ਤੇ ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਅਜੇ ਪਛਾਣ ਨਹੀਂ ਕੀਤੀ ਗਈ। ਪੁਲਿਸ ਮੁਤਾਬਕ ਜਹਾਜ਼ ਵਿੱਚ ਸਵਾਰ ਲੋਕਾਂ ਦੇ ਇਲਾਵਾ ਇਸ ਹਾਦਸੇ ਵਿੱਚ ਹੋਰ ਕੋਈ ਜ਼ਖਮੀ ਨਹੀਂ ਹੋਇਆ। ਪੁਲਿਸ ਨੇ ਦੱਸਿਆ ਕਿ ਜਹਾਜ਼ ਸੋਮਵਾਰ ਰਾਤ ਨੂੰ ਹਾਦਸਾਗ੍ਰਸਤ ਹੋ ਕੇ TPC ਦੇ ਸਕੌਟਸਡੇਲ ਚੈਂਪੀਅਨ ਗੋਲਫ ਕੋਰਸ ਵਿੱਚ ਡਿੱਗਿਆ ਸੀ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਮਾਮਲੇ ਦੀ ਜਾਂਚ ਦੀ ਅਗਵਾਈ ਕਰ ਰਹੀ ਹੈ ਤੇ ਪੁਲਿਸ ਨੇ ਕਿਹਾ ਕਿ ਜਾਂਚਕਰਤਾ ਮੰਗਲਵਾਰ ਸਵੇਰੇ ਘਟਨਾ ਵਾਲੀ ਥਾਂ ਤੇ ਪਹੁੰਚੇ ਹਨ ਤੇ ਉਹਨਾਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੈਸ਼ਨਲ ਗਾਰਡ ਦੇ ਕੁਝ ਮੈਂਬਰ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ਉੱਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ। ਫੈਡਰਲ ਸਰਕਾਰ ਦੇ ਅਧਿਕਾਰੀਆਂ ਵੱਲੋਂ ਅਜੇ ਇਸ ਬਾਰੇ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਨੱਥ ਪਾਉਣ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਸੋਮਵਾਰ ਨੂੰ ਟੈਕਸਸ, ਐਰੀਜ਼ੋਨਾ ਤੇ ਨਿਊ ਮੈਕਸੀਕੋ ਦੇ ਰਿਪਬਲਿਕਨ ਗਵਰਨਰ ਵੱਲੋਂ ਸਰਹੱਦ ਉੱਤੇ 1600 ਗਾਰਡ ਤਾਇਨਾਤ ਕਰਨ ਦਾ ਵਚਨ ਦਿੱਤਾ ਗਿਆ ਸੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ ਸਰਹੱਦ ਪਾਰ ਕਰਨ ਵਾਲੇ ਮਾਈਗ੍ਰੈਂਟ ਤੇ ਜੁਰਮ ਨੂੰ ਰੋਕਣ ਵਾਲੀਆਂ ਫੌਜੀ ਟੁਕੜੀਆਂ ਤਾਇਨਾਤ ਕਰਨਾ ਬੇਹੱਦ ਜ਼ਰੂਰੀ ਹੋ ਗਿਆ। ਇਸ ਦਾ ਵਿਰੋਧ ਕਰਨ ਵਾਲਾ ਇੱਕੋ ਸਟੇਟ ਕੈਲੀਫੋਰਨੀਆ ਤੇ ਜਿਸ ਦੀ ਅਗਵਾਈ ਗਵਰਨਰ ਜੈਰੀ ਬ੍ਰਾਊਨ ਦੇ ਹੱਥ ਵਿੱਚ ਹੈ, ਉਹਨਾਂ ਅਜੇ ਤੱਕ ਐਲਾਨ ਨਹੀਂ ਕੀਤਾ ਕਿ ਉਹਨਾਂ ਦੀ ਸਟੇਟ ਦੇ ਨੈਸ਼ਨਲ ਗਾਰਡ ਵੱਲੋਂ ਇਸ ਮੁਹਿੰਮ ਵਿੱਚ ਹਿੱਸਾ ਲਿਆ ਜਾਵੇਗਾ ਜਾਂ ਨਹੀਂ ਤੇ ਫਿਰ ਉਹ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਨਾਲ ਲੜਨਗੇ ਤੇ ਫੈਡਰਲ ਲਾਅ ਤਹਿਤ ਟਰੰਪ ਨੇ ਆਪਣੇ ਐਲਾਨ ਵਿੱਚ ਨੈਸ਼ਨਲ ਗਾਰਡ ਟਰੂਪਰਸ ਦੀ ਮੰਗ ਕੀਤੀ ਅਤੇ ਜਿਸ ਮੁਹਿੰਮ ਵਿੱਚ ਜਿਹੜੇ ਸਟੇਟ ਟਰੂਪਰਸ ਭੇਜਣਗੇ ਉਹਨਾਂ ਦਾ ਆਪਣਾ ਸਟੇਟ ਗਾਰਡ ਮੈਂਬਰ ਉੱਤੇ ਕਮਾਂਡ ਅਤੇ ਕੰਟਰੋਲ ਵੀ ਹੋਵੇਗਾ ਅਤੇ ਅਮਰੀਕਾ ਦੀ ਸਰਕਾਰ ਇਹਨਾਂ ਦਾ ਸਾਰਾ ਖਰਚਾ ਚੁੱਕੇਗੀ। ਅਤੇ ਬ੍ਰਾਊਨ ਦੇ ਬੁਲਾਰੇ ਇਵਾਨ ਵੈਸਟਅਬ ਨੇ ਕਿਹਾ ਕਿ ਕੈਲੀਫੋਰਨੀਆ ਦੇ ਅਧਿਕਾਰੀ ਅਜੇ ਵੀ ਟਰੰਪ ਦੀ ਫੌਜੀ ਟੁਕੜੀ ਵਾਲੀ ਗੁਜ਼ਾਰਿਸ਼ ਦਾ ਮੁਲਾਂਕਣ ਕਰ ਰਹੇ ਨੇ। ਜ਼ਿਕਰਯੋਗ ਹੈ ਕਿ ਟਰੰਪ ਨੇ ਪਿਛਲੇ ਹਫ਼ਤੇ ਇਹ ਵੀ ਆਖਿਆ ਸੀ ਕਿ ਉਹ 2000 ਤੋਂ 4000 ਨੈਸ਼ਨਲ ਗਾਰਡ ਮੈਂਬਰਾਂ ਨੂੰ ਸਰਹੱਦ ਉੱਤੇ ਤਾਇਨਾਤ ਕਰਨਾ ਚਾਹੁੰਦੇ ਨੇ ਅਤੇ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਕਿ ਦੱਖਣੀ ਸਰਹੱਦ ਉੱਤੇ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਫੜੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਵਾਧੇ ਨੂੰ ਦੇਖਦਿਆਂ ਇਸ ਸੰਬੰਧ ਵਿੱਚ ਤੁਰੰਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਅਤੇ ਚਿਲੀ ਵਿੱਚ 6.2 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਦੇ ਤਰ ਝਟਕੇ ਮਹਿਸੂਸ ਕੀਤੇ ਗਏ ਨੇ। ਇਸ ਦੀ ਜਾਣਕਾਰੀ ਚਿਲੀ ਦੇ ਸਰਕਾਰੀ ਅਧਿਕਾਰੀਆਂ ਨੇ ਦਿੱਤੀ ਹੈ ਅਤੇ ਇਸ ਭੂਚਾਲ ਕਾਰਨ ਅਜੇ ਕਿਸੇ ਤਰ੍ਹਾਂ ਦੀ ਸੁਨਾਮੀ ਦੀ ਚੇਤਾਵਨੀ ਨਹੀਂ ਜਾਰੀ ਕੀਤੀ ਗਈ ਅਤੇ ਨਾ ਹੀ ਕਿਸੇ ਵਿਅਕਤੀ ਦੇ ਇਸ ਤਰ੍ਹਾਂ ਜ਼ਖਮੀ ਹੋਣ ਦੀ ਖਬਰ ਆਈ ਹੈ ਅਤੇ ਚਿਲੀ ਦੇ ਰਾਸ਼ਟਰੀ ਭੂਚਾਲ ਸੈਂਟਰ ਨੇ ਕਿਹਾ ਕਿ ਚਿਲੀ ਦੇ ਮੱਧ ਉੱਤਰੀ ਇਲਾਕਿਆਂ ਵਿੱਚ ਸਵੇਰੇ 7:19 ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਅਤੇ ਭੂਚਾਲ ਦਾ ਕੇਂਦਰ ਉੱਤਰ ਵਿੱਚ 35 ਕਿਲੋਮੀਟਰ ਦੂਰ ਅਤੇ 75.8 ਕਿਲੋਮੀਟਰ ਦੀ ਗਹਿਰਾਈ 'ਤੇ ਸੀ ਅਤੇ ਅਮਰੀਕੀ ਭੂ ਸਰਵੇ ਵਿਭਾਗ ਨੇ 6.2 ਤੀਬਰਤਾ ਦੇ ਭੂਚਾਲ ਦੀ ਪੁਸ਼ਟੀ ਕੀਤੀ ਹੈ। ਸ਼ੁਰੂਆਤੀ ਖਬਰਾਂ ਵਿੱਚ ਚਿਲੀ ਦੇ ਨੈਸ਼ਨਲ ਐਮਰਜੈਂਸੀ ਦਫ਼ਤਰ ਨੇ ਜਾਣਕਾਰੀ ਦਿੱਤੀ ਸੀ ਕਿ ਭੂਚਾਲ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਅਜੇ ਕੋਈ ਜਾਣਕਾਰੀ ਵੀ ਨਹੀਂ ਮਿਲੀ ਹੈ ਅਤੇ ਨਾ ਹੀ ਕਿਸੇ ਵਿਅਕਤੀ ਦੇ ਜ਼ਖਮ ਹੋਣ ਦੀ ਕੋਈ ਵੀ ਖਬਰ ਪ੍ਰਾਪਤ ਹੋਈ ਹੈ ਅਤੇ ਚਿਲੀ ਵਿੱਚ ਅਕਸਰ ਭੂਚਾਲ ਆਉਂਦੇ ਰਹਿੰਦੇ ਨੇ ਜਿਸ ਕਾਰਨ ਕਈ ਵਾਰ ਚਿਲੀ ਨੂੰ ਸੁਨਾਮੀ ਦੀ ਮਾਰ ਵੀ ਝੱਲਣੀ ਪਈ ਹੈ ਪਰ ਤਾਜ਼ਾ ਭੂਚਾਲ ਕਾਰਨ ਸੁਨਾਮੀ ਦਾ ਖਦਸ਼ਾ ਜ਼ਾਹਿਰ ਨਹੀਂ ਕੀਤਾ ਗਿਆ ਅਤੇ ਸਾਲ 1960 ਵਿੱਚ ਚਿਲੀ ਵਿੱਚ 9.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਜਿਸ ਕਾਰਨ 5700 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਸ ਦੇ ਨਾਲ ਵੇਲਾ ਹੋ ਚੁੱਕਿਆ ਛੋਟੀ ਜਿਹੀ ਬ੍ਰੇਕ ਦਾ, ਤੁਸੀਂ ਬਣੇ ਰਹੋ ਸਾਂਝਾ TV ਦੇ ਨਾਲ।